ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਤਾਸ਼ਪੋਸ਼ੀ ਸਮਾਗਮ ਚੰਡੀਗੜ੍ਹ ਦੇ ਵਿੱਚ ਜਾਰੀ ਹੈ ਜਿੱਥੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੰਚ ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਉਹਨਾਂ ਕਿਹਾ ਕਿ ਜੋ ਨਿੱਤ ਰੁਸਣ ਦੇ ਆਦੀ ਹਨ ਉਹਨਾਂ ਨੂੰ ਘਰੋਂ ਘਰ ਜਾ ਕੇ ਮਨਾਇਆ ਜਾਂਦਾ ਹੈ ਪਰ ਸੁਨੀਲ ਜਾਖੜ ਕਿਸੇ ਨੂੰ ਯਾਦ ਹੀ ਨਹੀਂ ਆਇਆ ਭਾਵੁਕ ਹੋ ਕੇ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਕਈ ਆਏ ਤੇ ਕਈ ਚਲੇ ਗਏ ਕਾਂਗਰਸ ਦੀ ਮਹਿਫਲ ਸਜੀ ਰਹੇਗੀ ਕਈ ਕਾਂਗਰਸੀਆਂ ਦੀ ਤਾਰਾਂ ਅਮਿਤ ਸ਼ਾਹ ਤੇ ਕਈਆਂ ਦੀਆਂ ਕੇਜਰੀਵਾਲ ਦੇ ਨਾਲ ਜੁੜੀਆਂ ਹੋਈਆਂ ਨੇ ਹਰੀਸ਼ ਰਾਵਤ ਬਾਰੇ ਉਹਨਾਂ ਕਿਹਾ ਕਿ ਨਿੱਤ ਰੁਸਣ ਵਾਲੇ ਪੰਜਾਬ ਕਾਂਗਰਸ ਦੇ ਫੁੱਫੜਾਂ ਦੀ ਵੱਧ ਪਰਵਾਹ ਕੀਤੀ ਜਾਂਦੀ ਹੈ ਇੱਕ ਵਾਰ ਫਿਰ ਤੋਂ ਦੱਸ ਦਈਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਤਾਸ਼ਪੋਸ਼ੀ ਸਮਾਗਮ ਚੰਡੀਗੜ੍ਹ ਦੇ ਵਿੱਚ ਜਾਰੀ ਹੈ ਜਿੱਥੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੰਚ ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਉਹਨਾਂ ਕਿਹਾ ਕਿ ਜੋ ਨਿੱਤ ਰੁਸਣ ਦੇ ਆਦੀ ਹਨ ਉਹਨਾਂ ਨੂੰ ਘਰੋਂ ਘਰ ਜਾ ਕੇ ਮਨਾਇਆ ਜਾਂਦਾ ਹੈ ਪਰ ਸੁਨੀਲ ਜਾਖੜ ਕਿਸੇ ਨੂੰ ਯਾਦ ਹੀ ਨਹੀਂ ਆਇਆ ਭਾਵੁਕ ਹੋ ਕੇ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਕਈ ਆਏ ਤੇ ਕਈ ਚਲੇ ਗਏ ਕਾਂਗਰਸ ਦੀ ਮਹਿਫਲ ਸਜੀ ਰਹੇਗੀ ਕਈ ਕਾਂਗਰਸੀਆਂ ਦੀ ਤਾਰਾਂ ਅਮਿਤ ਸ਼ਾਹ ਤੇ ਕਈਆਂ ਦੀਆਂ ਕੇਜਰੀਵਾਲ ਦੇ ਨਾਲ ਜੁੜੀਆਂ ਹੋਈਆਂ ਨੇ ਹਰੀਸ਼ ਰਾਵਤ ਬਾਰੇ ਉਹਨਾਂ ਕਿਹਾ ਕਿ ਨਿੱਤ ਰੁਸਣ ਵਾਲੇ ਪੰਜਾਬ ਕਾਂਗਰਸ ਦੇ ਫੁੱਫੜਾਂ ਦੀ ਵੱਧ ਪਰਵਾਹ ਕੀਤੀ ਜਾਂਦੀ ਹੈ ਇੱਕ ਵਾਰ ਫਿਰ ਤੋਂ ਦੱਸ ਦਈਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਤਾਸ਼ਪੋਸ਼ੀ ਸਮਾਗਮ ਚੰਡੀਗੜ੍ਹ ਦੇ ਵਿੱਚ ਜਾਰੀ ਹੈ ਜਿੱਥੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੰਚ ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਉਹਨਾਂ ਕਿਹਾ ਕਿ ਜੋ ਨਿੱਤ ਰੁਸਣ ਦੇ ਆਦੀ ਹਨ ਉਹਨਾਂ ਨੂੰ ਘਰੋਂ ਘਰ ਜਾ ਕੇ ਮਨਾਇਆ ਜਾਂਦਾ ਹੈ ਪਰ ਸੁਨੀਲ ਜਾਖੜ ਕਿਸੇ ਨੂੰ ਯਾਦ ਹੀ ਨਹੀਂ ਆਇਆ ਭਾਵੁਕ ਹੋ ਕੇ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਕਈ ਆਏ ਤੇ ਕਈ ਚਲੇ ਗਏ ਕਾਂਗਰਸ ਦੀ ਮਹਿਫਲ ਸਜੀ ਰਹੇਗੀ ਕਈ ਕਾਂਗਰਸੀਆਂ ਦੀ ਤਾਰਾਂ ਅਮਿਤ ਸ਼ਾਹ ਤੇ ਕਈਆਂ ਦੀਆਂ ਕੇਜਰੀਵਾਲ ਦੇ ਨਾਲ ਜੁੜੀਆਂ ਹੋਈਆਂ ਨੇ ਹਰੀਸ਼ ਰਾਵਤ ਬਾਰੇ ਉਹਨਾਂ ਕਿਹਾ ਕਿ ਨਿੱਤ ਰੁਸਣ ਵਾਲੇ ਪੰਜਾਬ ਕਾਂਗਰਸ ਦੇ ਫੁੱਫੜਾਂ ਦੀ ਵੱਧ ਪਰਵਾਹ ਕੀਤੀ ਜਾਂਦੀ ਹੈ ਇੱਕ ਵਾਰ ਫਿਰ ਤੋਂ ਦੱਸ ਦਈਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਤਾਸ਼ਪੋਸ਼ੀ ਸਮਾਗਮ ਚੰਡੀਗੜ੍ਹ ਦੇ ਵਿੱਚ ਜਾਰੀ ਹੈ ਜਿੱਥੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੰਚ ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਉਹਨਾਂ ਕਿਹਾ ਕਿ ਜੋ ਨਿੱਤ ਰੁਸਣ ਦੇ ਆਦੀ ਹਨ ਉਹਨਾਂ ਨੂੰ ਘਰੋਂ ਘਰ ਜਾ ਕੇ ਮਨਾਇਆ ਜਾਂਦਾ ਹੈ ਪਰ ਸੁਨੀਲ ਜਾਖੜ ਕਿਸੇ ਨੂੰ ਯਾਦ ਹੀ ਨਹੀਂ ਆਇਆ ਭਾਵੁਕ ਹੋ ਕੇ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਕਈ ਆਏ ਤੇ ਕਈ ਚਲੇ ਗਏ ਕਾਂਗਰਸ ਦੀ ਮਹਿਫਲ ਸਜੀ ਰਹੇਗੀ ਕਈ ਕਾਂਗਰਸੀਆਂ ਦੀ ਤਾਰਾਂ ਅਮਿਤ ਸ਼ਾਹ ਤੇ ਕਈਆਂ ਦੀਆਂ ਕੇਜਰੀਵਾਲ ਦੇ ਨਾਲ ਜੁੜੀਆਂ ਹੋਈਆਂ ਨੇ ਹਰੀਸ਼ ਰਾਵਤ ਬਾਰੇ ਉਹਨਾਂ ਕਿਹਾ ਕਿ ਨਿੱਤ ਰੁਸਣ ਵਾਲੇ ਪੰਜਾਬ ਕਾਂਗਰਸ ਦੇ ਫੁੱਫੜਾਂ ਦੀ ਵੱਧ ਪਰਵਾਹ ਕੀਤੀ ਜਾਂਦੀ ਹੈ ਇੱਕ ਵਾਰ ਫਿਰ ਤੋਂ ਦੱਸ ਦਈਏ